ਤਵੱਜੂ ਦੇ ਨਾਲ ਜ਼ੋਕ ਸ਼ੌਕ ਦੇ ਨਾਲ ਦਰੂਦ ਸਲਾਮ ਦਾ ਨਜ਼ਰਾਨਾ ਪੇਸ਼ ਕਰੋ। ਅਸਲਾਤੁ ਵਸਲਾਮੁ ਅਲੈਕਾ ਯਾ ਰਸੂਲ ਅੱਲਾਹ, ਅਸਲਾਤੁ ਵਸਲਾਮੁ ਅਲੈਕਾ ਯਾ ਹਬੀਬ ਅੱਲਾਹ, ਵਅਲਾ ਆਲਿਕਾ ਵਅਸਹਾਬਿਕਾ ਯਾ ਮੁਹੰਮਦ ਰਸੂਲ ਅੱਲਾਹ। ਇੱਕ ਕਾਫਿਰ ਦੀ ਦੋਸਤੀ, ਕਾਫਿਰ ਦੀ ਦੋਸਤੀ ਏ ਮਾਂ ਤੇਰਾ ਲੁਟੇਸੀਆ, ਕਾਫਿਰ ਦੀ ਦੋਸਤੀ ਏ ਮਾਂ ਤੇਰਾ ਲੁਟੇਸੀਆ, ਗੈਰਤ ਤੇਰੀ ਦਗੇ ਤੀ, ਗੈਰਤ ਤੇਰੀ ਦਗੇ ਤੀ, ਮੋਢੇ ਜਨਾ ਰਚੇਸੀਆ, ਕਾਫਿਰ ਦੀ ਦੋਸਤੀ ਕਦੀ ਰਕਸ਼ੇ ਵਾਲਾ ਲੁੱਟਸੇ, ਕਦੀ ਰਕਸ਼ੇ ਵਾਲਾ ਲੁੱਟਸੇ, ਕਦੀ ਰਕਸ਼ੇ ਵਾਲਾ ਲੁੱਟਸੇ, ਕਦੀ ਮਾਸਟਰ ਲੁੱਟੇਸੀਆ, ਕਦੀ ਰਕਸ਼ੇ ਵਾਲਾ ਲੁੱਟਸੇ, ਕਦੀ ਮਾਸਟਰ ਲੁੱਟੇਸੀਆ, ਗੈਰਤ ਤੇਰੀ ਲੜੇ ਕੀ, ਗੈਰਤ ਤੇਰੀ ਲੜੇ ਕੀ, ਮੋਢੇ ਜਨਾ ਰਚੇਸੀਆ, ਕਾਫਿਰ ਦੀ ਦੋਸਤੀ ਮਹਿਬੂਬ ਸੋਹਣਾ, ਖਾਜਾ ਮਹਿਬੂਬ ਸੋਹਣਾ, ਗਿਣ ਗਿਣ ਤੈਨੂੰ ਸੁਣੇਸੀਆ, ਖਾਜਾ ਮਹਿਬੂਬ ਸੋਹਣਾ, ਗਿਣ ਗਿਣ ਤੈਨੂੰ ਸੁਣੇਸੀਆ, ਖਾਜਾ ਮਹਿਬੂਬ ਸੋਹਣਾ। ਤਵੱਜੋ, ਅੰਗਰੇਜ਼ ਨੇ ਜਮਤ ਮਾਰੀ, ਹੋਏ ਮੁੱਲਾ ਪੀਰ ਬਜ਼ਾਰੀ, ਅਲੈਕਸ਼ਨ ਦੇ ਦੇ ਕੇ ਥਾਪੀ, ਅਲੈਕਸ਼ਨ ਦੇ ਦੇ ਕੇ ਥਾਪੀ, ਮੁੱਲਾ ਦੀਆਂ ਉਠੇਸੀਆ, ਅਲੈਕਸ਼ਨ ਦੇ ਦੇ ਕੇ ਥਾਪੀ, ਮੁੱਲਾ ਦੀਆਂ ਉਠੇਸੀਆ, ਗੈਰਤ ਤੇਰੀ ਲੜੇ ਕੀ, ਗੈਰਤ ਤੇਰੀ ਲੜੇ ਕੀ, ਮੋਢੇ ਜਨਾ ਰਚੇਸੀਆ, ਕਾਫਿਰ ਦੀ ਦੋਸਤੀ ਸੁਭਾਨ ਅੱਲਾਹ। ਇਸਲਾਮ
ਇੱਕ ਕਿੱਲਾ ਛੋਟੇ ਹਜ਼ਰਤ ਸਾਹਿਬ ਨੇ ਮਿਸਾਲ ਦਿੱਤੀ ਸੀ ਜਮਹੂਰੀਅਤ ਦੇ ਜ਼ਰੀਏ ਵੋਟ ਦੇ ਜ਼ਰੀਏ ਇਸਲਾਮ ਲਿਆਉਣ ਦੀ, ਉਸ ਮਿਸਾਲ ਨੂੰ ਮੈਂ ਸ਼ੇਰ ਦੇ ਅੰਦਰ ਲਿਆਉਂਦਾ, ਜ਼ਰਾ ਤਵੱਜੋ ਕਰੋ। ਇਸਲਾਮ ਲਿਆਉਣ ਦਾ ਜਿਹੜਾ ਤਰੀਕਾ ਅੱਲਾਹ ਤਾਲਾ ਔਰ ਉਸਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਅਤਾ ਕੀਤਾ, ਉਸੇ ਤਰੀਕੇ ਨਾਲ ਹੀ ਇਸਲਾਮ ਆ ਸਕਦਾ। ਗੈਰ ਇਸਲਾਮੀ ਤਰੀਕਿਆਂ ਦੇ ਨਾਲ ਇਸਲਾਮ ਨਹੀਂ, ਗੈਰ ਇਸਲਾਮੀ ਕੰਮ ਹੀ ਕੋਈ ਤਖ਼ਤ ਤੇ ਆਵੇਗਾ। ਇਸਲਾਮੀ ਕੋਈ ਇਸਲਾਮ ਦਾ ਕਾਨੂੰਨ ਜਾਂ ਹਕੂਮਤ ਤਖ਼ਤ ਤੇ ਕਦੀ ਵੀ ਨਹੀਂ ਆ ਸਕਦੀ, ਤਾਰੀਖ ਦੇ ਅੰਦਰ ਕਦੀ ਹੋਇਆ ਹੀ ਨਹੀਂ ਇਸ ਤਰ੍ਹਾਂ। ਔਰ ਇਸ ਨੂੰ ਮਿਸਾਲ ਦੇ ਅੰਦਰ ਸ਼ੇਰ ਦੇ ਅੰਦਰ ਲੈਂਦੇ ਇਸ ਮਿਸਾਲ ਨੂੰ, ਹੁਣ ਉਮੀਦ ਤੁਹਾਨੂੰ ਸਮਝ ਆਵੇਗੀ। ਜਾਵੇਗਾ ਕਿ ਤਾਅਤ ਨਬੀ ਦੀ ਤੈਨੂੰ ਜੰਨਤ ਦੇ ਵਿੱਚ
ਬਲਾ ਵੋਟ ਦੇ ਬਦਲੇ ਕਦਾਂ ਦੀਨ ਆਉਣਾ ਬਲਾ ਵੋਟ ਦੇ ਬਦਲੇ ਕਦਾਂ ਦੀਨ ਆਉਣਾ